ਹਾਂਜੀ ਸਸ਼ੀਕਾਲ ਜੀ ਕਦਾ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਟ ਹੋ ਹੋਂਗਦਾ ਅੱਜ ਦੀ ਫੇਰ ਇੱਕ ਖੁਸ਼ਖਬਰੀ ਆਪਣੇ ਭਰਾਵਾਂ ਦੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਇਸ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਜਿਹੜੇ ਵੀਰਾਂ ਨੂੰ 29 ਤਰੀਕ ਦੀ ਬਹੁਤ ਵੇਟ ਸੀਗੀ ਕਿ ਸੈਫ ਜਿਹੜੀ ਕਿ ਚੇਂਜ ਹੋਣ ਜਾ ਰਹੀ ਹੈ ਕਿ ਕੀ ਵਧੀਆ ਕਰੇਗੀ ਕਿ ਜਾਂ ਸਾਡੇ ਲਈ ਮਾੜਾ ਹੋ ਜਾਏਗਾ ਜਾਂ ਸਖਤਾਈ ਹੋ ਜਾਏਗੀ ਜਾਂ ਪੇਪਰ ਨਹੀਂ ਮਿਲਣਗੇ ਜਾਂ ਕਿੱਦਾਂ ਜਾਂ ਪੇਪਰ ਬੰਦ ਹੋ ਰਹੇ ਨੇ ਸੋ ਉਸ ਟਾਪਿਕ ਦੇ ਉੱਤੇ ਆਪਾਂ ਵੀਡੀਓ ਲੈ ਕੇ ਆਏ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਟਿਕਟੋਕ ਤੇ ਵੀ ਜਾ ਕੇ ਆਪਾਂ ਨੂੰ ਫੋਲੋ ਜ਼ਰੂਰ ਕਰਿਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਸੋ ਜਿੰਨੇ ਵੀ ਯੂਰਪ ਦੇ ਵਿੱਚ ਕਿਤੇ ਵੀ ਰਹਿੰਦੇ ਆ ਜ਼ਰੂਰ ਵੀਡੀਓ ਦੇਖਿਓ ਤੇ ਸ਼ੇਅਰ ਕਰਿਓ ਹਾਂਜੀ ਚਲੋ ਇਹ ਤੁਹਾਡਾ ਬਹੁਤਾਂ ਟਾਈਮ ਨਾਲ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਮੈਂ ਕਿ ਜਿਹੜਾ ਕਿ ਅੱਜ ਦਾ ਦਿਨ ਸੀਗਾ 29 ਤਰੀਕ ਜਿਹੜਾ ਸੀਗਾ ਉਸ ਦਿਨ ਸੈਫ ਜਿਹੜੀ ਚੇਂਜ ਹੋ ਕੇ ਏ ਆਈ ਐਮ ਏ ਦੇ ਵਿੱਚ ਜਿਹੜੀ ਕਿ ਕਨਵਰਟ ਹੋਣੀ ਸੀਗੀ ਉਹ ਹੋ ਚੁੱਕੀ ਆ ਸੋ ਨਵਾਂ ਡਿਪਾਰਟਮੈਂਟ ਆ ਚੁੱਕਾ ਆ ਪੁਰਤਕਾਲ ਦੇ ਵਿੱਚ ਤੇ ਵੀਰ ਆਪਣੇ ਬਹੁਤ ਡਰੇ ਹੋਏ ਸੀਗੇ ਕਈ ਕਿ ਭਾਜੀ ਨਵਾਂ ਡਿਪਾਰਟਮੈਂਟ ਆ ਜਾਣਾ ਪਤਾ ਨਹੀਂ ਕੀ ਹੋ ਜਾਣਾ ਪੇਪਰ ਬੰਦ ਹੋ ਜਾਣੇ ਇਹ ਹੋ ਜਾਣਾ ਉਹ ਹੋ ਜਾਣਾ ਪੇਪਰ ਮਿਲਣੇ ਕਿ ਨਹੀਂ ਮਿਲਣੇ ਕਦੋਂ ਤੱਕ ਮੇਲਾ ਬੰਦ ਰਹਿਣੀ ਆ ਜਾਂ ਸੋ ਉਹਨਾਂ ਭਰਾਵਾਂ ਨੂੰ ਇਹ ਵੀਡੀਓ ਮੈਂ ਨਾਲ ਤੁਹਾਨੂੰ ਇੱਥੇ ਫੋਟੋ ਲਾ ਕੇ ਤੁਹਾਨੂੰ ਤੁਸੀਂ ਟਰਾਂਸਲੇਸ਼ਨ ਕਰ ਲਓ ਇੱਕ ਸਾਈਡ ਤੇ ਮੈਂ ਉਹ ਲਾ ਦੂੰ ਇੱਕ ਸਾਈਡ ਤੇ ਮੈਂ ਪੰਜਾਬੀ ਚ ਲਾ ਦੂੰਗਾ ਜਿਹੜੇ ਵੀਰ ਪੰਜਾਬੀ ਚ ਪੜਨਾ ਚਾਹੁੰਦੇ ਪੰਜਾਬੀ ਚ ਪੜ ਲਓ ਜਿਹੜੇ ਪੁਰਤਗਾਲੀ ਚ ਪੜਨਾ ਚਾਹੁੰਦੇ ਪੁਰਤਗਾਲੀ ਚ ਪੜ ਲਓ ਤੇ ਉਹਨਾਂ ਨੇ ਕਹਿ ਦਿੱਤਾ ਆ ਕਿ 327000 ਜਿਹੜਾ ਪੈਂਡਿੰਗ ਕੇਸ ਸਾਨੂੰ ਸੈਫ ਵੱਲੋਂ ਮਿਲਿਆ ਆ ਉਹ ਅਸੀਂ ਮਾਰਚ ਅਪ੍ਰੈਲ ਤੱਕ ਜਿਹੜਾ ਕੀ ਪੂਰਾ ਖਤਮ ਕਰ ਦੇਣਾ ਆ ਉਹਨਾਂ ਸਾਰਿਆਂ ਨੂੰ ਅਸੀਂ ਪੇਪਰ ਜਿਹੜੇ ਕੀ ਦੇ ਦੇਣੇ ਆ ਸੋ ਵੀਰ ਮੇਰਿਓ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਰਹਿ ਗਏ ਸੀਗੇ ਜਿਹਨਾਂ ਨੂੰ ਇਹ ਲੱਗਦਾ ਪਿਆ ਸੀਗਾ ਕਿ ਵੀਡੀਓ ਲੋਕਾਂ ਦੀਆਂ ਦੇਖ ਦੇ ਕੇ ਕਿ ਪੁਰਤਕਾਲ ਚ ਪੇਪਰ ਬੰਦ ਹੋ ਜਾਣੇ پتہ ਨਹੀਂ ਕੀ ਹੋ ਜਾਣਾ ਉਹ ਜਿਹੜਾ ਮੈਂ ਤੁਹਾਨੂੰ ਪਿੱਛੇ ਵੀ ਵੀਡੀਓ ਪਾ ਕੇ ਦੱਸਿਆ ਸੀਗਾ ਵੀਰ ਮੇਰੇ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੋ ਵੀ ਹੁੰਦਾ ਆ ਵਧੀਆ ਹੀ ਹੁੰਦਾ ਆ ਕੀ ਪਤਾ ਅਗਲੀ ਆ ਕਿਸ ਤੁਹਾਡੇ ਲਈ ਵਧੀਆ ਕੰਮ ਕਰ ਦੇ ਉਹੀ ਗੱਲ ਹੋਈ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਆ ਕਿ ਅਸੀਂ 190 190 ਜਿਹੜੇ ਕਿ ਲੋਕ ਆ ਉਹ ਹੋਰ ਪਰਤੀ ਆਪਣੇ ਡਿਪਾਰਟਮੈਂਟ ਚ ਕੀਤੇ ਆ ਕਿ ਜਿਹੜੇ ਕੀ ਵੱਧ ਤੋਂ ਵੱਧ ਜਿਹੜਾ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਕਿ ਜਲਦੀ ਤੋਂ ਜਲਦੀ ਜਿਹੜੇ ਕੀ ਪੇਪਰ ਮਿਲ ਸਕਣ ਕਿਉਂਕਿ ਪੈਂਡਿੰਗ ਕੇਸ 3 ਲੱਖ 47000 ਪਿਆਵ ਹੈ ਹਜੇ ਸੋ ਉਹਨਾਂ ਨੂੰ ਪੇਪਰ ਜਿਹੜੇ ਕੀ ਮਿਲ ਸਕਣ ਸੋ ਅੱਗੇ ਉਹਨਾਂ ਨੇ ਕਿਹਾ ਹੋਇਆ ਕਿ ਇਸ ਸਾਲ ਦੇ ਵਿੱਚ ਵਿੱਚ ਅਸੀਂ ਜਿਹੜਾ ਕੀ 10 ਹੋਰ ਕਾਊਂਟਰ ਲਾਵਾਂਗੇ ਕਿ ਜੇ ਦੇ ਨਾਲ ਜਲਦੀ ਤੋਂ ਜਲਦੀ ਪੇਪਰ ਜਿਹੜੇ ਕੀ ਆਪਣੇ ਭੈਣ ਭਰਾਵਾਂ ਨੂੰ ਮਿਲ ਸਕਣ ਸੋ ਵੀਰ ਮੇਰਿਓ ਜਿੰਨੇ ਵੀ ਤੁਸੀਂ ਸੀਗੇ ਆਪਣੇ ਭਰਾ ਵੇਟ ਕਰਦੇ ਪਏ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਨਹੀਂ ਇਦਾਂ ਬਹੁਤ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਕਿ ਵੀਰ ਮੇਰਿਓ ਟੈਨਸ਼ਨ ਨਾ ਲਿਆ ਕਰੋ ਪੁਰਤ ਕਾਲਾ ਕੋਈ ਪੇਪਰ ਨਹੀਂ ਬੰਦ ਹੋਣ ਲੱਗਾ ਇੱਥੇ ਬਹਿ ਜਾ ਬਹਿ ਜਾ ਹੋ ਜਾਣੀ ਐ ਸੋ ਜਿੰਨੇ ਵੀ ਵੀਰ ਵੇਟ ਕਰਦੇ ਸੀ ਕਿ ਤਿਆਰ ਹੋ ਜਾਓ ਆਪਣੇ ਡਾਕੂਮੈਂਟ ਤਿਆਰ ਕਰਵਾ ਲਓ ਵੀਰ ਮੇਰਿਓ ਉਹਨਾਂ ਨੇ ਕਹਿ ਦਿੱਤਾ ਆ ਕਿ ਅਸੀਂ ਜਿਹੜੇ ਪੈਂਡਿੰਗ ਕੇਸ ਆ ਉਹੋ ਕਲੀਅਰ ਕਰ ਦੇਣੇ ਆ ਸੋ ਵੀਰ ਮੇਰਿਓ ਸੋ ਵੀਰ ਇਹ ਵੀ ਪੜ ਲਿਓ ਉਹਨਾਂ ਨੇ ਕਿਹਾ ਸੀਗਾ ਉੱਤੇ ਨਾਲ ਇਹ ਵੀ ਕਿਹਾ ਹੋਇਆ ਵਾ ਕਿ 30 ਜਿਹੜੇ ਕਾਊਂਟਰ ਅਸੀਂ ਖੋਲਣੇ ਆ ਹੋਰ ਤੇ 10 ਜਿਹੜੇ ਕਿ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਕਿ 10 ਕਾਊਂਟਰ ਅਸੀਂ ਖੋਲ ਦੇਣੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਕਿ ਪੇਪਰ ਮਿਲ ਸਕਣ ਸੋ ਵੀਰ ਮੇਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਹੋਰ ਵੀ ਕੋਈ ਖਬਰ ਆਪਾਂ ਨੂੰ ਮਿਲਦੀ ਹਾਂ ਇੱਕ ਸੱਚ ਹੋਰ ਰੀਨਿਊ ਵਾਲੇ ਪੇਪਰ ਵੀ ਜਿਨ੍ਹਾਂ ਦੇ ਕਾਰਡ ਹੋਣ ਵਾਲੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੇ ਕਿਹਾ ਹੋ ਗਿਆ ਵੈ ਕਿ ਅਸੀਂ ਜਿਹੜੀ ਕਿ ਜਲਦੀ ਤੋਂ ਜਲਦੀ ਜਿਹੜੀ ਕਿ ਰੀਨਿਊ ਆਲਾ ਵੀ ਜਿਹੜਾ ਕੰਮ ਕੇ ਅਸੀਂ ਚੱਕਾਂਗੇ ਸੋ ਨਵੀਂ ਆਈ ਹੋਣਾ ਜਦੋਂ ਕੋਈ ਨਵੀਂ ਟੀਮ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਹੁੰਦਾ ਵੈ ਕਿ ਅਸੀਂ ਜਿਹੜਾ ਕਿ ਵਧੀਆ ਕੰਮਕਾਰ ਕਰਕੇ ਦੱਸੀਏ ਜੋ ਕਿ ਸਾਨੂੰ ਲੋਕੀ ਕਹਿਣ ਕਿ ਹਾਂ ਵੀ ਵਧੀਆ ਕੰਮ ਕੀਤਾ ਸੋ ਵੀਰ ਮੇਰੇ ਉਸ ਵੀਡੀਓ ਨੂੰ ਤੱਕ ਪਾ ਦਿਓ ਸ਼ੇਅਰ ਕਰਨ ਦੇ ਵਿੱਚ ਸੋ ਜਿੰਨੇ ਵੀ ਆਪਣੇ ਭੈਣ ਭਰਾ ਡਰ ਕੇ ਬੈਠੇ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਇਹ ਹੋ ਜਾਣਾ ਸੋ ਨਾਲੀ ਵਧੀਆ ਹੋ ਗਿਆ ਸਾਰਿਆਂ ਲਈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਕੋਈ ਜਾਣਕਾਰੀ ਮਿਲੂਗੀ ਆਪਾਂ ਸ਼ੇਅਰ ਕਰਾਂਗੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਨਾਲੇ ਟਿਕਟੋਕ ਤੇ ਵੀ ਫੋਲੋ ਕਰ ਲਿਓ ਬਾਕੀ ਜਿਹੜੇ ਆ ਓਦਾਂ ਇਨਫੋਰਮੇਸ਼ਨ ਦਿੰਦੇ ਉਹਨਾਂ ਨੂੰ ਤਾਂ ਤੁਸੀਂ ਕਰਦੇ ਹੀ ਕਰਦੇ ਆ ਜਿਹੜੇ ਚੰਗੀ ਦਿੰਦੇ ਉਹਨਾਂ ਨੂੰ ਵੀ ਕਰ ਲਿਆ ਕਰੋ ਸੋ ਵੀਰ ਮੇਰੇ ਉਹ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖੇ